ਸਤਿ ਸ਼੍ਰੀ ਅਕਾਲ ਜੀ। ਬਬਲੀ ਕਿਚਨ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਅੱਜ ਮੈਂ ਤੁਹਾਨੂੰ ਨਿੰਬੂ ਦੀ ਖੱਟੀ ਮਿੱਠੀ ਚਟਪਟੀ ਚਟਨੀ ਬਣਾਉਣੀ ਦੱਸਾਂਗੀ, ਅਤੇ ਚਲੋ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਚੈਨਲ ਕੋ ਸਬਸਕ੍ਰਾਈਬ ਕਰਨੇ ਕੇ ਲੀਏ ਰੈੱਡ ਬਟਨ ਕਲਿੱਕ ਕਰੇ ਔਰ ਬੈੱਲ ਆਈਕੋਨ ਕੋ ਵੀ ਕਲਿੱਕ ਕਰ ਦੇ, ਇਸਸੇ ਸਭਸੇ ਪਹਿਲੇ ਵੀਡੀਓ ਆਪਕੇ ਪਾਸ ਪਹੁੰਚੇਗੀ। ਨਿੰਬੂ ਦੀ ਖੱਟੀ ਮਿੱਠੀ ਚਟਨੀ ਬਣਾਉਣ ਵਾਸਤੇ ਸਾਨੂੰ ਅੱਧਾ ਕਿਲੋ ਦੇ ਕਰੀਬ ਨਿੰਬੂ ਲੈਣੇ ਨੇ। ਇਹ ਨਿੰਬੂ ਸਾਡੇ ਗਿਣਤੀ 'ਚ ਭਾਵੇਂ 8 ਨੇ, ਲੇਕਿਨ ਹੈ ਵੱਡੇ ਵੱਡੇ ਨੇ, ਇਸ ਕਰਕੇ ਅੱਧਾ ਕਿਲੋ ਨਿੰਬੂ ਨੇ। ਇਹਨਾਂ ਨੂੰ ਪਹਿਲੇ ਧੋ ਕੇ ਸੁਕਾ ਲੈਣਾ ਅੱਛੀ ਤਰ੍ਹਾਂ, ਬਿਲਕੁਲ ਪਾਣੀ ਨਹੀਂ ਹੋਣਾ ਚਾਹੀਦਾ। ਫਿਰ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਛੋਟੇ ਛੋਟੇ ਟੁਕੜਿਆਂ 'ਚ ਕੱਟ ਲਓ, 8-8 ਪੀਸ, 10-10 ਜਿੰਨੇ ਪੀਸ, ਔਰ ਉਹਨਾਂ ਦੇ ਵਿੱਚੋਂ ਬੀਜ ਸਾਰੇ ਕੱਢ ਲੈਣੇ। ਬੀਜ ਜ਼ਰੂਰ ਕੱਢਣੇ ਨੇ, ਨਹੀਂ ਤਾਂ ਤੁਹਾਡੀ ਚਟਨੀ ਕੌੜੀ ਬਣੇਗੀ। ਮਸਾਲੇ ਇਹਦੇ 'ਚ ਪਾਉਣ ਵਾਸਤੇ ਮੈਂ 1 ਚਮਚ ਭੁੰਨਿਆ ਹੋਇਆ ਜੀਰਾ, 1 ਚਮਚ ਗਰਮ ਮਸਾਲਾ, 1 ਚਮਚ ਕਾਲਾ ਨਮਕ, 2-1.5 ਚਮਚ ਦੇ ਕਰੀਬ ਮੈਂ ਦੇਗੀ ਮਿਰਚ ਲਿੱਤੀ ਹੈ, 2 ਚਮਚ ਸੌਂਫ ਥੋੜ੍ਹੀ ਦਰਦਰੀ ਪੀਸੀ ਹੋਈ, ਅਤੇ 1.5 ਚਮਚ ਹੀ ਮੈਂ ਨਮਕ ਲਿੱਤਾ। ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ, ਘੱਟ ਵੱਧ ਕਰ ਸਕਦੇ ਹੋ। 1.5 ਚਮਚ ਨਮਕ ਅਤੇ 1.5 ਚਮਚ ਹੀ ਦੇਗੀ ਮਿਰਚ ਅਤੇ 2 ਚਮਚ ਸੌਂਫ। ਇਹ ਅੱਧਾ ਕਿਲੋ ਦੇ ਕਰੀਬ ਮੈਂ ਬਰਾਊਨ ਚੀਨੀ ਲਿੱਤੀ ਹੈ। ਬਰਾਊਨ ਚੀਨੀ ਦੀ ਜਗ੍ਹਾ ਤੁਸੀਂ ਸ਼ੱਕਰ, ਗੁੜ ਜਾਂ ਤੁਸੀਂ ਆਮ ਜਿਹੜੀ ਚੀਨੀ ਅਸੀਂ ਵਰਤਦੇ ਹਾਂ ਉਹ ਵੀ ਲੈ ਸਕਦੇ ਹੋ। 1 ਟੁਕੜਾ ਮੈਂ ਹਲਦੀ ਦਾ ਲਿੱਤਾ ਹੈ, ਹਲਦੀ ਨੂੰ ਮੈਂ ਗ੍ਰਾਇੰਡ ਕਰ ਲਿੱਤਾ ਹੈ। ਇਹ ਜਿਹੜੀ ਕੱਚੀ ਹਲਦੀ ਮਿਲਦੀ ਹੈ, ਦੇਖੋ ਇਸ ਤਰ੍ਹਾਂ ਇਹਨੂੰ ਕੱਦੂਕਸ ਕਰ ਲਿੱਤਾ ਅਤੇ ਇਹਦੀ ਪੇਸਟ ਜੀ ਬਣ ਗਈ। ਅਗਰ ਨਹੀਂ ਹੈ ਤੁਹਾਡੇ ਕੋਲ ਤਾਂ ਤੁਸੀਂ ਦੂਸਰੀ ਹਲਦੀ ਵੀ ਥੋੜ੍ਹੀ ਜਿਹੀ ਪਾ ਸਕਦੇ ਹੋ, ਪਰ ਇਸ ਹਲਦੀ ਦਾ ਥੋੜ੍ਹਾ ਫਾਇਦਾ ਜ਼ਿਆਦਾ ਔਰ ਸਵਾਦ ਵੀ ਜ਼ਿਆਦਾ ਹੁੰਦੀ ਹੈ, ਪਿਓਰ ਹੁੰਦੀ ਹੈ। ਇਹ 2 ਚਮਚ ਦੇ ਕਰੀਬ ਹਲਦੀ ਹੈ। ਹੁਣ ਮੈਂ ਨਿੰਬੂ ਸਾਰੇ ਲਾਂਗੀ ਔਰ ਇਹਨਾਂ ਨੂੰ ਗ੍ਰਾਇੰਡ ਕਰਕੇ ਇੱਕ ਦਰਦਰੀ ਜਿਹੀ ਪੇਸਟ ਬਣਾ ਲਾਂਗੀ, ਔਰ ਇਹਦੇ ਵਿੱਚ ਹਲਦੀ ਦੀ ਜਿਹੜਾ ਮੈਂ ਕੱਦੂਕਸ ਕੀਤਾ ਸੀ ਉਹ ਵੀ ਵਿੱਚੇ ਪਾ ਦਾਂਗੀ। ਇਹ ਦੇਖੋ ਬਸ ਇਸ ਤਰ੍ਹਾਂ ਦਾ ਦਰਦਰਾ ਜਿਹਾ ਪੇਸਟ ਬਣਾ ਕੇ ਰੱਖ ਲੈਣਾ। ਹੁਣ ਮੈਂ ਇੱਕ ਕੜਾਹੀ ਲਾਂਗੀ, ਗੈਸ ਔਨ ਕਰਾਂਗੀ, ਫਲੇਮ ਲੋ ਟੂ ਮੀਡੀਅਮ ਰੱਖਾਂਗੀ। ਉਹਦੇ ਵਿੱਚ ਮੈਂ ਸਾਰੀ ਨਿੰਬੂ ਦੀ ਜਿਹੜੀ ਪੇਸਟ ਬਣਾਈ ਸੀ ਉਹਨੂੰ ਪਾ ਦਾਂਗੀ। ਕੋਈ ਨਹੀਂ, ਅਗਰ ਇੱਕ ਅੱਧਾ ਛੋਟਾ ਜਿਹਾ ਪੀਸ ਆ ਵੀ ਜਾਏਗਾ ਤਾਂ ਟੇਸਟੀ ਲੱਗਦਾ ਵਿੱਚ, ਬਾਅਦ ਵਿੱਚ ਮੂੰਹ 'ਚ ਆਉਂਦਾ ਅਤੇ ਹਾਂ। ਹੋ ਸਕੇ ਤਾਂ ਤੁਸੀਂ ਸਟੀਲ ਦੀ ਕੜਾਹੀ ਲਵੋ, ਜ਼ਿਆਦਾ ਬੈਟਰ ਹੈ, ਜਾਂ ਨੋਨ ਸਟਿਕ ਲੈ ਲਓ। ਅਤੇ ਮੈਂ ਦੇਖੋ ਸਟੀਲ ਦੀ ਕੜਾਹੀ ਲਿੱਤੀ ਹੈ, ਭਾਰੀ ਤੱਲੇ ਵਾਲੀ ਹੈ। ਹੋ ਸਕੇ ਤਾਂ ਐਲਮੀਨੀਅਮ ਦੀ ਕੜਾਹੀ ਨਾ ਵਰਤਣਾ, ਸਟੀਲ ਦੀ ਹੋਵੇ ਜਾਂ ਫਿਰ ਨੋਨ ਸਟਿਕ ਹੋਵੇ। ਅਤੇ ਇਹਨੂੰ ਮੈਂ ਬਿਲਕੁਲ ਲੋ ਟੂ ਮੀਡੀਅਮ ਫਲੇਮ ਦੇ ਉੱਤੇ ਇਹਨੂੰ ਅੱਛੀ ਤਰ੍ਹਾਂ ਪਕਾਵਾਂਗੇ, ਤਾਂ ਕਿ ਇਹਦਾ ਜਿਹੜਾ ਪਾਣੀ ਹੈ, ਜੋ ਰੱਸਾ ਹੁੰਦਾ, ਉਹ ਥੋੜ੍ਹਾ ਜਿਹਾ ਡਰਾਈ ਹੋ ਜਾਏ, ਸੁੱਕ ਜਾਏ ਥੋੜ੍ਹਾ ਜਿਹਾ। ਔਰ ਇਹਨੂੰ ਨਾਲ ਨਾਲ ਹਿਲਾਉਂਦੇ ਰਹਿਣਾ ਅਸੀਂ, ਤਾਂ ਕਿ ਨੀਚੇ ਨਾ ਲੱਗੇ। ਕੋਈ ਤੇਲ ਘਿਓ ਕੁਛ ਨਹੀਂ ਪਾਉਣਾ ਅਸੀਂ ਇਹਦੇ ਵਿੱਚ, ਬਿਨਾਂ ਤੇਲ ਘਿਓ ਦੇ ਬੜੀ ਟੇਸਟੀ ਖੱਟੀ ਮਿੱਠੀ ਚਟਨੀ ਬਣਦੀ ਹੈ। ਭਾਵੇਂ ਇਹਨੂੰ 1-2 ਸਾਲ ਤੁਸੀਂ ਰੱਖੋ, ਖਰਾਬ ਨਹੀਂ ਹੁੰਦੀ। ਸਿਰਫ ਇੱਕੋ ਹੀ ਗੱਲ ਦਾ ਧਿਆਨ ਰੱਖਣਾ ਹੁੰਦਾ ਕਿ ਤੁਸੀਂ ਇਹਦੇ 'ਚ ਗਿੱਲਾ ਚਮਚ ਨਹੀਂ ਪਾਉਣਾ। ਇਹ ਦੇਖੋ ਸਾਡਾ ਪਾਣੀ ਕਾਫੀ ਸੁੱਕ ਗਿਆ। ਇਹ ਮੈਂ ਹੁਣ 1/2 ਕਿਲੋ ਦੇ ਕਰੀਬ ਬਰਾਊਨ ਸ਼ੂਗਰ ਲਿੱਤੀ ਹੈ, ਇਹ ਮੈਂ ਇਹਦੇ ਵਿੱਚ ਪਾ ਕੇ ਇਹਨੂੰ ਪਕਾਵਾਂਗੀ। ਥੋੜ੍ਹੀ ਥੋੜ੍ਹੀ ਪਾਵਾਂਗੇ, ਨਾਲ ਨਾਲ ਮਿਕਸ ਕਰਦੇ ਰਹਾਂਗੇ। ਜਿਸ ਤਰ੍ਹਾਂ ਅਸੀਂ ਇਹਨੂੰ ਪਾਵਾਂਗੇ, ਇੱਕ ਵਾਰੀ ਇਹ ਥੋੜ੍ਹਾ ਜਿਹਾ ਚੀਨੀ ਜ਼ਰਾ ਪਿਘਲਦੀ ਹੈ ਅਤੇ ਥੋੜ੍ਹਾ ਪਾਣੀ ਜਿਹਾ ਛੱਡ ਦਿੰਦੀ ਹੈ, ਇਹਨੂੰ ਫਿਰ ਅਸੀਂ ਪਕਾਉਣਾ ਪਏਗਾ ਸਾਨੂੰ ਥੋੜ੍ਹਾ। ਬਰਾਊਨ ਚੀਨੀ ਪਾਉਣ ਨਾਲ ਬਸ ਥੋੜ੍ਹਾ ਜਿਹਾ ਰੰਗ ਕਾਲਾ ਹੋ ਜਾਂਦਾ, ਪਰ ਟੇਸਟ ਵਧੀਆ ਬਣਦਾ, ਐਸੀ ਕੋਈ ਗੱਲ ਨਹੀਂ ਹੈ। ਅਗਰ ਤੁਹਾਡੇ ਕੋਲ ਨਾ ਹੋਏ ਬਰਾਊਨ ਚੀਨੀ, ਕੋਈ ਟੈਨਸ਼ਨ ਨਹੀਂ ਲੈਣਾ, ਤੁਸੀਂ ਆਪਣਾ ਆਮ ਜਿਹੜੀ ਚੀਨੀ ਯੂਜ ਕਰਦੇ ਆ ਉਹਨੂੰ ਵੀ ਵਰਤ ਸਕਦੇ ਹੋ, ਜਾਂ ਗੁੜ ਵੀ ਪਾ ਸਕਦੇ ਹੋ। ਇਹ ਦੇਖੋ ਹੁਣ ਇਹ ਪਾਣੀ ਛੱਡਤਾ ਨਾ ਇਹਨੇ, ਹੁਣ ਇਹਨੂੰ ਅਸੀਂ ਪਕਾਉਣਾ ਹੈ ਅੱਛੀ ਤਰ੍ਹਾਂ। ਸਾਰੇ ਮਸਾਲੇ ਅਸੀਂ ਇਹਦੇ ਵਿੱਚ ਇਕੱਠੇ ਹੀ ਪਾ ਦਿਆਂਗੇ। ਬਹੁਤ ਹੀ ਸਵਾਦ ਅਤੇ ਚਟਪਟੀ ਚਟਨੀ ਬਣਦੀ ਹੈ, ਚਾਹੇ ਤੁਸੀਂ ਇਹਨੂੰ ਪਰੌਂਠੇ ਨਾਲ ਖਾਓ ਜਾਂ ਤੁਸੀਂ ਬ੍ਰੈਡ 'ਤੇ ਵੀ ਲਾ ਕੇ ਖਾਓ, ਜੈਮ ਦੀ ਤਰ੍ਹਾਂ ਬਹੁਤ ਹੀ ਸਵਾਦ ਲੱਗਦੀ ਹੈ। ਤੁਸੀਂ ਇਹ ਜ਼ਰੂਰ ਬਣਾਉਣਾ ਅਤੇ ਫਿਰ ਮੈਨੂੰ ਦੱਸਣਾ ਤੁਹਾਡੀ ਇਹ ਚਟਨੀ ਕਿਸ ਤਰ੍ਹਾਂ ਦੀ ਬਣੀ। ਹੁਣ ਅਸੀਂ ਇਹਨੂੰ ਥੋੜ੍ਹਾ ਜਿਹਾ ਪਕਾ ਲਾਂਗੇ, ਤਾਂ ਕਿ ਇਹਦੇ ਵਿੱਚ ਜਿਹੜਾ ਚੀਨੀ ਦਾ ਪਾਣੀ ਹੈ ਉਹ ਥੋੜ੍ਹਾ ਜਿਹਾ ਡਰਾਈ ਹੋ ਜਾਏ। ਵੈਸੇ ਚਟਨੀ ਠੰਡੀ ਹੋਣ ਤੋਂ ਬਾਅਦ ਹੋਰ ਗਾੜੀ ਹੋ ਜਾਂਦੀ ਹੈ, ਜਿਉਂ ਤੁਸੀਂ ਰੱਖੋਗੇ ਇਹਨੂੰ ਥੋੜ੍ਹੀ ਦੇਰ ਬਾਅਦ ਗਾੜੀ ਹੋ ਜਾਏਗੀ। ਜਦੋਂ ਦੇਖੋ ਇਸ ਤਰ੍ਹਾਂ ਰੁਕ ਰੁਕ ਕੇ ਬੱਬਲਸ ਆਉਣੇ ਸ਼ੁਰੂ ਹੋ ਜਾਣ, ਬੁਲਬੁਲੇ ਜੇ, ਤਾਂ ਸਮਝ ਲਓ ਸਾਡੀ ਚਟਨੀ ਬਣ ਕੇ ਤਿਆਰ ਹੋ ਚੱਲੀ ਹੈ। ਬਸ ਉਸ ਤੋਂ ਬਾਅਦ ਅਸੀਂ 1-2 ਮਿੰਟ ਹੋਰ ਪਕਾਉਣਾ ਇਹਨੂੰ, ਔਰ ਇਹਨੂੰ ਮਿਕਸ ਕਰਦੇ ਰਹਿਣਾ। ਦੇਖੋ ਜਿਹੜੇ ਮੋਟੇ ਮੋਟੇ ਚੰਕ ਵਿੱਚ ਆ ਰਹੇ ਨੇ ਉਹ ਬੜੇ ਟੇਸਟੀ ਲੱਗਦੇ ਨੇ, ਕੋਈ ਐਸੀ ਗੱਲ ਨਹੀਂ ਹੈ, ਉਹਨਾਂ ਨੂੰ ਕੱਢਣ ਦੀ ਲੋੜ ਨਹੀਂ ਹੈ। ਲੇਕਿਨ ਬਸ ਇਹ ਚਟਨੀ ਹੈ ਤੁਹਾਡੀ 2-3 ਦਿਨ ਬਾਅਦ ਖਾਣ ਨੂੰ ਜ਼ਿਆਦਾ ਸਵਾਦ ਬਣਨ ਲੱਗੇਗੀ, ਨਹੀਂ ਤਾਂ ਪਹਿਲੇ ਥੋੜ੍ਹੀ ਜਿਹੀ ਨਿੰਬੂ ਦਾ ਕੜਵਾਪਨ ਆਏਗਾ ਜੇ ਤੁਸੀਂ ਉਸੇ ਵਕਤ ਖਾਓਗੇ, ਅਤੇ ਜੇ 2 ਕੁ ਦਿਨ ਬਾਅਦ ਖਾਓਗੇ ਤਾਂ ਫਿਰ ਚਟਨੀ ਦਾ ਸਵਾਦ ਹੋਰ ਵਧੀਆ ਆਏਗਾ। ਬਸ ਇਹ ਦੇਖੋ ਪਾਣੀ ਤਕਰੀਬਨ ਸੁੱਕ ਹੀ ਗਿਆ ਇਹਦਾ,
अच्छी तरह मिक्स कर लो इनू। 10-15 मिनट ही लगते ने बनाने ते, ज़्यादा टाइम नहीं लगता। हाँ देखो बिल्कुल पानी होने दे च काफ़ी ड्राई हो गया है। तो गैस नू असी बंद कर देंगे तो इनू असी थोड़ा मिक्स करते रहेंगे, हिलाते रहेंगे ताकि ठंडा हो जाए थोड़ा। बस देखो ठंडी होने तो बाद साड़ी चटनी कितनी गाढ़ी हो गई है। हुण असी इनू एक बॉल च सर्व कर देंगे। वैसे तुसी इनू किसी कच दे जार ही जेड़ा बिल्कुल सुक्का जार होए उहदे च बंद करके एयर टाइट होए चाहे उहदे च पा के इनू तुसी साल डेढ़ साल जदों मर्जी रख दो, जिन्नी देर मर्जी खराब नहीं होएगी चटनी है। अगर तुहानू मेरी ये नींबू की खट्टी मिठी चटपटी स्वाद चटनी अच्छी लगे तो तुसी अपने व्यूज़ मेरे चैनल पर जरूर शेयर करना, मेरे चैनल नू लाइक करना, शेयर करना ते सबसक्राइब करना। ते राइट हैंड ते जेड़ा बैल आइकॉन है या जेड़ा घंटे का बटन है उन्हें दबा देना, जिदे नाल तुहाडे कोल मेरी हर वीडियो की नोटिफिकेशन सब तो जल्दी पहुँच सके। सब दा रब रखा। वाहिगुरू जी का खालसा, वाहिगुरू जी की फतेह।